ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ 'ਚ ਮੈਂ ਰਵੀ ਸੰਗਰਾਹੂਰ ਸਵਾਗਤ ਕਰਦਾ। ਪੰਜਾਬ ਇਨੀ ਦਿਨੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਭਰ 'ਚ ਹੋ ਰਹੀ ਭਾਰੀ ਬਾਰਿਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀ ਬਾਰਿਸ਼ ਦੇ ਚੱਲਦਿਆਂ ਪੰਜਾਬ ਪਾਣੀ ਪਾਣੀ ਹੋ ਗਿਆ ਹੈ। ਪਾਣੀ ਦਾ ਪੱਧਰ ਜ਼ਿਆਦਾ ਵਧਣ ਕਾਰਨ ਭਾਖੜਾ ਦੇ 4 ਦਰਵਾਜ਼ੇ ਖੋਲ੍ਹ ਦਿੱਤੇ ਗਏ ਨੇ, ਜਿਸ ਕਾਰਨ ਕਈ ਹਜ਼ਾਰਾਂ ਕਿਊਸਿਕ ਪਾਣੀ ਨੇ ਸਤਲੁਜ ਦੇ ਨਾਲ ਲੱਗਦੇ ਸੈਂਕੜੇ ਪਿੰਡਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਹਾਲਾਂਕਿ ਮੌਸਮ ਵਿਭਾਗ ਦੀ ਚੇਤਾਵਨੀ ਪਿੱਛੋਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਸਨ ਕਿ ਉਹ ਆਪਣੇ ਇਲਾਕੇ ਵਿੱਚ ਕਿਸੇ ਵੀ ਅਗਾਊਂ ਸਮੱਸਿਆਵਾਂ ਦਾ ਹੱਲ ਕਰਨ ਲਈ ਤਿਆਰ ਰਹਿਣ, ਪਰ ਸ਼ਾਇਦ ਇਹ ਸਮੱਸਿਆ ਦਾ ਹੱਲ ਕਰਨ ਦੇ ਤਿਆਰ ਰਹਿਣ ਲਈ ਮੌਕਾ ਹੀ ਨਹੀਂ ਮਿਲਿਆ। ਦਰਿਆ ਸਤਲੁਜ ਦੇ ਨਾਲ ਲੱਗਦੇ ਇਲਾਕੇ ਰੋਪੜ, ਜਲੰਧਰ, ਲੁਧਿਆਣਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਪਹਿਲਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹਾਂ ਦੇ ਚੱਲਦਿਆਂ ਨੁਕਸਾਨ ਹੋਇਆ ਹੈ। ਤਸਵੀਰਾਂ ਬਲਾਚੌਰ ਦੀਆਂ ਨੇ ਜਿੱਥੇ ਭਾਰੀ ਬਾਰਿਸ਼ ਹੋਈ ਸੀ। ਪੰਜਾਬ ਸਰਕਾਰ ਨੇ ਅਤੇ ਮੌਸਮ ਵਿਭਾਗ ਨੇ ਚੇਤਾਵਨੀ ਵੀ ਜਾਰੀ ਕੀਤੀ ਸੀ ਕਿ ਬਾਰਿਸ਼ ਜਿਹੜੀ ਆ ਉਹ ਭਾਰੀ ਮਾਤਰਾ ਦੇ ਵਿੱਚ ਹੋਣੀ ਹੈ ਅਤੇ ਨਾਲ ਦੀ ਨਾਲ ਸਮੂਹ ਪੰਜਾਬ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਸੀ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾਲ ਜੂਝਣ ਲਈ ਉਹ ਤਿਆਰ ਰਹਿਣ। ਤਸਵੀਰਾਂ ਬਲਾਚੌਰ ਦੀਆਂ ਦਿਖਾ ਰਹੇ ਹਾਂ ਜਿੱਥੇ ਬਾਰਿਸ਼ ਹੋਈ ਸੀ, ਪਾਣੀ ਬਹੁਤ ਹੱਦ ਤੱਕ ਪਹੁੰਚ ਗਿਆ ਸੀ। ਇਹ ਤਸਵੀਰਾਂ ਬਲਾਚੌਰ ਦੇ ਸਿਵਲ ਹਸਪਤਾਲ ਦੀਆਂ ਹੈ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਪਾਣੀ ਵੜ ਗਿਆ ਸੀ ਅਤੇ ਜਿੱਥੇ ਮਰੀਜ਼ਾਂ ਦੇ ਬੈੱਡ ਨੇ ਉੱਥੋਂ ਤੱਕ ਇਹ ਪਾਣੀ ਪਹੁੰਚ ਗਿਆ ਸੀ। ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਭਾਰੀ ਬਾਰਿਸ਼ ਨੇ ਹੜਕੰਪ ਮਚਾ ਰੱਖਿਆ। ਇੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਸਕੂਟਰ ਮੋਟਰਸਾਈਕਲ ਪਾਣੀ ਦੇ ਵਹਾਅ ਦੇ ਨਾਲ ਹੀ ਵਹਿ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਦਾ ਜਿਹੜਾ ਵਹਾਅ ਹੈ ਉਹ ਕਿੰਨਾ ਤੇਜ਼ ਹੈ ਅਤੇ ਆਪਣੇ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਉਹ ਵਹਾ ਕੇ ਲਿਜਾ ਰਿਹਾ। ਪੰਜਾਬ ਭਰ 'ਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਸੀ, ਜਿਸ ਵਿੱਚ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਅਗਾਊਂ ਸਮੱਸਿਆਵਾਂ ਨਾਲ ਜੂਝਣ ਲਈ ਚੇਤਨ ਵੀ ਕੀਤਾ ਗਿਆ ਸੀ। ਪਰ ਕੁਦਰਤੀ ਕਰੋਪੀ ਦੇ ਸਾਹਮਣੇ ਕਿਸੇ ਦਾ ਕੋਈ ਵੱਸ ਨਹੀਂ ਚੱਲਦਾ। ਇੱਥੇ ਤਸਵੀਰਾਂ ਤੁਹਾਡੇ ਸਾਹਮਣੇ ਹੈ ਗੁਰੂ ਨਗਰੀ ਦੇ ਵਿੱਚ ਬਾਰਿਸ਼ ਦੇ ਨਾਲ ਜਿਹੜਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਆਪਣੇ ਨਾਲ ਬਹੁਤ ਸਾਰੇ ਸਾਧਨ ਹੈ, ਜਿਹੜੇ ਛੋਟੇ ਸਾਧਨ ਉਹਨਾਂ ਨੂੰ ਵਹਾ ਕੇ ਲਿਜਾ ਰਿਹਾ। ਇਹ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਭਾਰੀ ਬਾਰਿਸ਼ ਦੇ ਚੱਲਦਿਆਂ ਹੁਸ਼ਿਆਰਪੁਰ ਦੀ ਛੋਟੀ ਨਦੀ ਵਿੱਚ ਫਲੱਡ ਆ ਗਿਆ ਸੀ, ਜਿੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਉੱਥੋਂ ਗੁਜ਼ਰਨ ਵਾਲੀ ਇੱਕ ਛੋਟੀ ਗੱਡੀ ਜਿਹਨੂੰ ਆਪਾਂ ਛੋਟਾ ਹਾਥੀ ਕਹਿ ਦਿੰਦੇ ਹਾਂ ਉਹਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਗੱਡੀ ਦੇ ਵਿੱਚ ਡਰਾਈਵਰ ਸੀ ਜਿਸ ਨੂੰ ਬੜੀ ਮਿਹਨਤ ਅਤੇ ਮੁਸ਼ੱਕਤ ਦੇ ਨਾਲ ਉੱਥੇ ਮੌਜੂਦ ਲੋਕਾਂ ਨੇ ਰੱਸੀਆਂ ਦੇ ਨਾਲ ਖਿੱਚ ਕੇ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਅਤੇ ਉਹਦੀ ਜਾਨ ਬਚਾਈ ਹੈ। ਤਸਵੀਰਾਂ ਤੁਹਾਡੇ ਸਾਹਮਣੇ ਹੈ। ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਅਤੇ ਐਂ ਸ਼ੱਕ ਜ਼ਾਹਿਰ ਹੋ ਰਿਹਾ ਹੈ ਕਿ ਜਿਵੇਂ ਸਾਰਾ ਪੰਜਾਬ ਹੀ ਸ਼ਾਇਦ ਇਸ ਹੜ੍ਹ ਵਿੱਚ ਹੜ੍ਹ ਜਾਏਗਾ। ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਭਾਖੜਾ ਡੈਮ ਦਾ ਕਰੀਬ 1,99,970 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਦੇ ਚੱਲਦਿਆਂ ਜਲੰਧਰ ਦੇ ਸ਼ਾਹਕੋਟ, ਨਕੋਦਰ ਅਤੇ ਫਲੌਰ ਦੇ ਲਗਭਗ 81 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼ ਜਾਰੀ ਹੋਏ ਨੇ।
प्रशासन ने हुक्म जारी किए है कि सुरक्षा के मद्देनज़र इन पिंडों खाली करना पैना है। पानी का स्तर है जोड़ा पद्धर है जोड़ा होर भी बढ़ सकता है। पानी का बहाव जोड़ा बहुत तेज़ है। इस तो पहला कि कोई वड्डा नुकसान होवे जानी नुकसान होवे प्रशासन हरकत च आया। उसने 81 पिंडों खाली करवा दे हुक्म जारी किए हैं। पूरे पंजाब विच जे सब तो ज़्यादा नुकसान होया तो वह सी रोपड़ अते आस पास का एरिया। रोपड़ के अनेक ही पिंडों विच पानी भर गया जिथे लोगों अपने घर बार छड के जां तां सुरक्षा थावां ते जाना पिया ते जां फिर अपने घरां दीआं छत्तां ते चढ़ के टाइम पास करना पिया। इस संबंधी साडी टीम इस हड़ प्रभावित एरिए च पहुँची जिथे पूरे हालातों का जायजा लिया ते लोगों नाल गलबात भी कीती। ਸਾਡੇ ਸਾਰਾ ਹੀ ਜੇਵਰ ਵਗੈਰਾ ਤੇ ਸਾਰੇ ਹੀ ਬਹਿਗਾ, ਸਾਡੇ ਕੁਛ ਵੀ ਨਹੀਂ ਬਚਿਆ। ਸਾਡਾ ਤਾਂ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਖੈਰਾਬਾਦ ਜਿੱਥੇ ਕਿ ਤੁਸੀਂ ਦੇਖਿਆ ਹੋਣਾ ਭਾਰੀ ਬਾਰਿਸ਼ ਦੇ ਨਾਲ ਬਹੁਤ ਨੁਕਸਾਨ ਹੋਇਆ। ਸਾਡੇ ਸਾਹਮਣੇ ਤੁਸੀਂ ਦੇਖੋਗੇ ਤਾਂ ਜਿਹੜੇ ਪਿੰਡ ਖੈਰਾਬਾਦ ਇਹ ਉਹ ਬਰਸਾਤੀ ਨਦੀ ਹੈਗੀ ਆ ਜਿਹਦੇ ਵਿੱਚ ਬੇਤਹਾਸ਼ਾ ਪਾਣੀ ਆਉਣ ਵਾਲੇ ਬੰਨ ਇੱਥੋਂ ਟੁੱਟਿਆ ਸੀਗਾ ਅਤੇ ਇੱਥੋਂ ਹੀ ਬੰਨ ਜਿਹੜਾ ਟੁੱਟ ਕੇ ਸਾਰੇ ਪਿੰਡ ਦੇ ਵਿੱਚ ਜਿਹੜਾ ਗਿਆ ਤਾਂ ਤੁਸੀਂ ਦੇਖ ਸਕਦੇ ਹਾਂ ਇੱਧਰਲੇ ਪਾਸੇ ਜਿਹੜੇ ਘਰ ਹੈਗੇ ਨੇ ਇਹ ਪੂਰੇ ਡੁੱਬੇ ਹੋਏ ਨੇ ਪਾਣੀ ਦੇ ਵਿੱਚ ਅਤੇ ਬੜੀ ਮੁਸ਼ਕਲ ਦੇ ਨਾਲ ਇੱਥੇ ਜਿਹੜੇ ਪਰਿਵਾਰਾਂ ਨੂੰ ਵੱਸਦੇ ਪਰਿਵਾਰਾਂ ਨੂੰ ਇਹਦੇ ਵਿੱਚੋਂ ਕੱਢਿਆ ਗਿਆ, ਛੋਟੇ ਛੋਟੇ ਬੱਚਿਆਂ ਨੂੰ ਕੱਢਿਆ ਗਿਆ ਅਤੇ ਹੁਣ ਜਿਹੜੇ ਇਸ ਵੇਲੇ ਲੋਕ ਸਾਰੇ ਹੀ ਜਿਹੜੇ ਬੇਘਰ ਹੋਏ ਇੱਥੇ ਇੱਕ ਸਾਈਡ ਨੂੰ ਆ ਕੇ ਖੜ੍ਹੇ ਨੇ। ਇੱਥੇ ਵੀ ਜਿਹੜੇ ਤੁਸੀਂ ਦੇਖ ਰਹੇ ਸਾਰੇ ਜਿਹੜਾ ਨੁਕਸਾਨ ਹੋਇਆ, ਇੱਥੇ ਝੋਨਾ ਲੱਗਿਆ ਹੋਇਆ ਸੀਗਾ, ਫਸਲਾਂ ਹੋਰ ਸੀਗੀਆਂ, ਜਿਹੜੇ ਦਰਖਤ ਵੀ ਤੈਸ਼ ਨੈਸ਼ ਹੋ ਗਏ ਨੇ। ਇੱਥੇ ਤੱਕ ਕਿ ਪਿੰਡ ਦੀ ਜਿਹੜੀ ਸ਼ਮਸ਼ਾਨ ਘਾਟ ਆ ਪਿੱਛੇ ਨਜ਼ਰ ਆ ਰਹੀ ਹੈ, ਤੁਸੀਂ ਦੇਖੋਗੇ ਕਿ ਉਹ ਵੀ ਸਾਰੀ ਜਿਹੜੀ ਉਹ ਤੈਸ਼ ਨੈਸ਼ ਹੋ ਗਈ ਹੈ। ਅਤੇ ਇਸੇ ਤਰ੍ਹਾਂ ਜਿਹੜੇ ਪੂਰੇ ਪਿੰਡ ਦਾ ਜਿਹੜਾ ਨੁਕਸਾਨ ਹੋਇਆ, ਅਸੀਂ ਪਹਿਲਾਂ ਵੀ ਤੁਹਾਨੂੰ ਤਸਵੀਰਾਂ ਦੀ ਜਗ੍ਹਾ ਦਿਖਾਇਆ ਔਰ ਜਿਹੜੇ ਆ ਘਰਾਂ ਦੀ ਤੁਹਾਨੂੰ ਤਸਵੀਰਾਂ ਦਿਖਾਲੀਆਂ, ਇਹਨਾਂ ਘਰਾਂ ਦੇ ਜਿਹੜੇ ਵਾਸੀ ਔਰ ਹੋਰ ਵੀ ਬਹੁਤ ਸਾਰੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਹੈ। ਇਹਨਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿਸ ਤਰ੍ਹਾਂ ਇਹ ਨਦੀ ਕਦੋਂ ਟੁੱਟੀ ਅਤੇ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ। ਅਤੇ ਸਾਡੇ ਨਾਲ ਜਿਹੜੇ ਮੌਜੂਦ ਹੈਗੇ ਨੇ ਇੱਥੇ ਦੇ ਘਰਾਂ ਦੇ ਵਸਨੀਕ, ਅਤੇ ਸਾਨੂੰ ਪਲੀਜ਼ ਦੱਸਿਆ ਜਾਵੇ ਬਈ ਸਾਡੇ ਸਵੇਰ ਦੀ ਗਲਤੀ ਬਈ 10:30 ਸਾਡਾ ਨਹਿਰ ਟੁੱਟ ਗਈ ਵੀ ਤੀ ਬਈ ਸਾਰਿਆਂ ਦਾ ਜ਼ਿਆਦਾ ਸਾਡਾ ਨੁਕਸਾਨ ਹੋਇਆ, ਸਾਨੂੰ ਕੋਈ ਉਹ ਨਹੀਂ ਹੋਇਆ ਵੀ ਸਾਨੂੰ ਬਚਾਇਆ ਬਈ ਕਿਸ਼ਤੀ ਵਾਲਿਆਂ ਨੇ ਬਈ ਭੁੱਲਰ ਭਾਅ ਜੀ ਨੇ ਉਹਨਾਂ ਦੀ ਸੁਵਿਧਾ ਉਹਨਾਂ ਨੇ ਗੱਲ ਕਰੀ ਤੀ ਬਈ ਭੁੱਲਰ ਭਾਅ ਜੀ ਨੇ ਬਹੁਤ ਸੁਵਿਧਾ ਕਰੀ ਤੀ ਵੀ ਕਿਸ਼ਤੀਆਂ ਮੰਗਾਈਆਂ ਤਾਂ ਸਾਨੂੰ ਭੁੱਲਰ ਭਾਅ ਜੀ ਨੇ ਕਿਸ਼ਤੀਆਂ 'ਚ ਕੱਢਿਆ ਵੀ ਮੈਂ ਮਰਨ ਮਰਨ 'ਤੇ ਬਚਿਆ ਬਹੁਤ ਜੀ। ਜਿਹੜੇ ਕਿਸ਼ਤੀਆਂ ਹੈ ਇਹ ਕਿੱਥੋਂ ਆਈਆਂ ਸੀਗੀਆਂ? ਪ੍ਰਸ਼ਾਸਨ ਸਰਕਾਰ ਨੇ ਭੇਜੀ ਇਹ ਬੱਬੇ ਸਰਕਾਰ ਨੇ ਨਹੀਂ ਭੇਜੀ ਇਹ ਬੱਬੇ ਭਾਅ ਜੀ ਦੀਆਂ ਕਿਸ਼ਤੀਆਂ ਦੀਆਂ ਇਹ ਭੁੱਲਰ ਵੀਰ ਜੀ ਨੇ ਭੇਜੀਆਂ ਦੀਆਂ ਉਹਨਾਂ ਨੇ ਫੋਨ ਕਰਿਆ ਤਾਂ ਇਹ ਬੱਬੇ ਭਾਅ ਜੀ ਦੀਆਂ ਫੋਲ ਪਿੰਡ ਵਾਲਿਆਂ ਦੀਆਂ ਕਿਸ਼ਤੀਆਂ ਦੀਆਂ ਉਹਨਾਂ ਨੇ ਬਹੁਤ ਔਖੇ ਮੁਸਲਮਾਨ ਕੱਢੇ ਨੇ ਅਤੇ ਮੈਂ ਤਾਂ ਮਰਨ ਮਰਨ 'ਤੇ ਬਚ ਗਿਆ ਜੀ। ਅਤੇ ਆ ਹੋਰ ਵੀ ਸਾਡੇ ਨਾਲ ਜਿਹੜੇ ਮੌਜੂਦ ਨੇ ਇਹ ਵੀ ਸਾਨੂੰ ਦੱਸਣਗੇ ਵੀ ਕਿਸ ਤਰ੍ਹਾਂ ਇਹ ਸਾਨੂੰ ਦੱਸੋ ਜੀ ਨਦੀ ਕਦੋਂ ਔਰ ਕਿਸ ਤਰ੍ਹਾਂ ਟੁੱਟੀ ਜੀ? ਸਵੇਰ 10 ਟਾਈਮ ਨਦੀ ਟੁੱਟ ਗਈ ਸੀ ਅਤੇ ਨਿਆਣੇ ਸਾਰੇ ਔਕੇ ਹੋ ਗਏ ਤੇ ਬਚਾਉਣਾ ਅਤੇ ਪਿੰਡਾਂ ਵਾਲਿਆਂ ਨੇ ਸਾਥ ਸਾਨੂੰ ਬਹੁਤ ਦਿੱਤਾ ਜੀ, ਉਹਨਾਂ ਦਾ ਧੰਨਵਾਦ ਕਰਦਾ। ਅਤੇ ਇੱਥੇ ਘੱਟ ਤੋਂ ਘੱਟ 50 ਘਰ ਹੈਗੇ ਹੈ, ਬਸਾਂ ਵੀ ਸਾਰੇ ਘਰ ਦੇਖ ਰਹੇ ਹੋ ਤੁਸੀਂ, ਸਾਰੇ ਟੁੱਟ ਗਏ, ਸਾਰੇ ਦੁਬਾਰਾ ਕੰਧਾਂ ਗਿਰ ਗਈਆਂ ਹੈਗੀਆਂ ਅਤੇ ਲੋਕਾਂ ਦਾ ਸਮਾਨ ਵੀ ਟੁੱਲ ਗਿਆ ਜੀ ਸਾਰਾ, ਨਾ ਕੋਈ ਰੋਟੀ ਨਾ ਪਾਣੀ ਪੁੱਛਣ ਵੀ ਨਹੀਂ ਆਇਆ, ਨਾ ਕੋਈ ਅਫਸਰ ਆਇਆ ਸਾਨੂੰ ਫੋਨ ਲੈਣ, ਇੱਧਰ ਆਇਆ ਹੀ ਨਹੀਂ ਹੈਗਾ ਕੋਈ ਅਫਸਰ ਹੀ ਨਹੀਂ ਆਇਆ ਜੀ। ਜਿਹੜਾ ਹੁਣ ਆਏ ਤੇ ਅਫਸਰ ਉਹ ਸੜਕਾਂ 'ਤੇ ਹੀ ਆਏ ਤੇ ਜੀ, ਸੜਕਾਂ 'ਤੇ ਹੀ ਵਾਪਸੀ ਹੋ ਗਏ, ਸਾਨੂੰ ਮਿਲਣ ਵੀ ਨਹੀਂ ਦਿੱਤਾ, ਨਾ ਸਾਨੂੰ ਉਹਨਾਂ 'ਤੇ ਮੁਲਾਕਾਤ ਕਰਾਈ, ਨਾ ਕੋਈ ਫਰਿਆਦ ਰੱਖਣ ਦਿੱਤੀ ਸਾਨੂੰ, ਨਾ ਕੁਝ ਵੀ ਨਹੀਂ। ਔਰ ਨਾਲੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਅਸੀਂ ਮਿਲਣ ਤੋਂ ਜੀ, ਉਹਨਾਂ ਨੇ ਮਿਲਣ ਨਹੀਂ ਦਿੱਤਾ, ਨਾਲੇ ਕਹਿੰਦੇ ਤੁਸੀਂ ਜਾਓ ਇੱਥੇ ਤੇ 81 ਗਰੀਬ ਹੈਗੇ ਤਾਂ ਮਿਲਣ ਨਹੀਂ ਦੇਣਾ ਗਾ। ਭਾਈ ਸਰਕਾਰ ਸਾਰਿਆਂ ਵਾਸਤੇ, ਅਮੀਰ ਗਰੀਬ ਸਾਰਿਆਂ ਦੇ ਵਾਸਤੇ ਹੁੰਦੀ ਹੈ, ਸਾਨੂੰ ਕੋਈ ਮਿਲਣ ਨਹੀਂ ਦਿੱਤਾ ਉਹਨਾਂ ਨੇ। ਹੁਣ ਸਾਰੇ ਆ ਜਨਾਨੀਆਂ ਜਿੰਨੀਆਂ ਖੜੀਆਂ ਹੈਗੀਆਂ ਇਹ ਸਾਰੀ ਵਿਚਾਰੀਆਂ ਸਾਰੇ ਪਰੇਸ਼ਾਨ ਹੈ, ਆਹ ਵਿਚਾਰੀ ਦੇ ਸਾਰੇ ਜੇਬਰ ਉਬਰ ਸਾਰਾ ਹੀ ਡਿੱਲ ਗਿਆ ਗਾ, ਆਹ ਖੜੀ ਹੈ ਉਰੇ, ਆ ਇਹਦਾ ਨਾਂ ਹੈਗਾ ਜੀ ਸਤਾਰਾ ਅਤੇ ਇੱਥੇ ਹੀ ਮੁਸਤਫਾ ਨਗਰ ਖੈਰਾਬਾਦ ਰਹਿੰਦੀ ਹੈ। ਇਹਦੇ ਵੀ ਇਹਨੇ ਸਾਰੀ ਚੁੱਗੀ ਗਿਰ ਗਈ ਹੈ ਅਤੇ ਇਹਦਾ ਬੜੀ ਟਰਿੰਕ ਪੈਟੀ ਵਿੱਚ ਸਮਾਨ ਤਾ, ਇਹਦਾ ਵਿਚਾਰੀ ਦਾ ਸਾਰਾ ਹੀ ਡੁੱਲ ਗਿਆ, ਕੋਈ ਚੀਜ਼ ਬਚੀ ਨਹੀਂ ਉਹ, ਇਹਦਾ ਵੀ ਵਿਚਾਰੇ ਦਾ ਨੁਕਸਾਨ ਬਹੁਤ ਹੋਇਆ, ਨਾਲੇ ਇਹਦੇ ਵੀ ਪੁੱਛ ਲਓ ਜੀ। ਹਾਂਜੀ ਸਾਡੇ ਸਾਰਾ ਤਾਂ ਜੇਬਰ ਵਗੈਰਾ ਇੱਥੇ ਸਾਰੇ ਹੀ ਬਹਿ ਗਏ, ਸਾਡੇ ਕੁਛ ਵੀ ਨਹੀਂ ਬਚਿਆ, ਸਾਡਾ ਤਾਂ
ਉਹਦੇ ਸਾਰੇ ਹੀ ਸਾਡੇ ਅਸੀਂ ਮੇਰਾ ਘਰ ਵਾਲਾ ਕਰ ਨਹੀਂ ਤਾਂ ਸਾਡੇ ਅਸੀਂ ਅਕੇਲੇ ਤੇ ਕੋਈ ਵੀ ਨਹੀਂ ਤਾਂ ਸਾਰੇ ਹੀ ਸਮਾਨ ਪੈ ਗਏ ਮੇਰਾ ਕੁਛ ਵੀ ਨਹੀਂ ਬਚਿਆ ਹੈਗਾ ਨਿਆਣੇ ਬਚਾਉਣੇ ਔਖੇ ਪੈ ਗਏ ਤੇ ਮੈਨੂੰ ਤਾਂ ਅਤੇ ਤੁਹਾਡਾ ਜਿਹੜਾ ਹੁਣ ਤੁਹਾਡਾ ਬਚਾਅ ਕਿਸ ਨੇ ਕੀਤਾ ਆ ਕੇ ਅਤੇ ਹੁਣ ਤੁਸੀਂ ਜਿਹੜਾ ਗੁਜ਼ਾਰਾ ਆਪਣਾ ਕਿਸ ਤਰ੍ਹਾਂ ਕਰ ਰਹੇ ਹੋ? ਕੁਛ ਤਾਂ ਕਿਸ਼ਤੀ ਪੋਲਰ ਨੇ ਆਪਣੇ ਸਰਪੰਚ ਪੋਲਰ ਸਾਹਿਬ ਨੇ ਪਵਾਈ ਹੈ ਜੀ। ਬੱਬਾ ਆਪਣੇ ਨਹਿਰ ਤੋਂ ਰਹਿੰਦੇ ਆ, ਉਹਨੇ ਵੀ ਪੂਰੀ ਸਹਾਇਤਾ ਕੀਤੀ ਹੈ, ਬਚਾਇਆ ਬੰਦਿਆਂ ਨੂੰ ਸਭ ਨੇ, ਪਿੰਡ ਵਾਲਿਆਂ ਨੇ ਵੀ ਪੂਰਾ ਸਾਥ ਦਿੱਤਾ ਹੈ, ਪਿੰਡ ਵਾਲੇ ਆਪਣੇ ਪੂਰੇ ਨਾਲ ਤੇ ਆ। ਹੋਰ ਵੀ ਸਾਡੇ ਨਾਲ ਮੌਜੂਦ ਨੇ ਇੱਥੇ, ਲੋਕ ਇਹਨਾਂ ਨਾਲ ਵੀ ਗੱਲ ਕਰਨੀ ਸੀ। ਸਰਕਾਰ ਨੇ ਕੋਈ ਸਾਥ ਨਹੀਂ ਦਿਆ, ਪਿੰਡਾਂ ਨੇ ਸਾਡਾ ਸਾਥ ਦਿਆ ਹੈ, ਪਿੰਡਾਂ ਨੇ ਕੱਢਿਆ ਸਾਨੂੰ, 50 ਬੰਦੇ ਅਸੀਂ ਕੋਠੇ 'ਤੇ ਬੈਠੇ ਤੇ ਉੱਥੇ ਸਾਰੇ ਹੀ ਆਪਣੇ ਖੈਰਾਬਾਦ ਪਿੰਡ ਕੋਠੇ 'ਤੇ ਬੈਠੇ ਤੇ 50 ਬੰਦੇ ਪੁੱਲੋ ਬਾਬੂ ਜੀ ਨੇ ਮੰਗਾਏ, ਉਹ ਕਿਸ਼ਤੀਆਂ ਮੰਗਾਈ ਤਾਂ ਅਸੀਂ ਲਿਖਾਰੇ ਕੱਢੇ ਗਏ ਹਾਂ। ਸਰਕਾਰ ਨੇ ਕੋਈ ਸਾਥ ਨਹੀਂ ਦਿਆ ਸਾਡਾ, ਨਾ ਸਰਕਾਰ ਨੇ ਸਾਨੂੰ ਮਿਲਵਾਇਆ ਹੈ, ਨਾ ਮਿਲਵਾਇਆ ਹੈ, ਨਾ ਅਸੀਂ ਗਏ। ਅਤੇ ਜਿਸ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਆ ਕੇ ਗਏ, ਉਹਨਾਂ ਦੇ ਨਾਲ ਸਾਰੇ ਇਲਾਕੇ ਦੀ ਲੀਡਰਸ਼ਿਪ ਅਤੇ ਪੂਰਾ ਪ੍ਰਸ਼ਾਸਨ ਇੱਥੇ ਆ ਕੇ ਗਿਆ, ਕਿ ਇਸ ਤੋਂ ਪਹਿਲਾਂ ਵੀ ਆ ਕੇ ਗਏ, ਤੁਹਾਡੀ ਕੋਈ ਫਰਿਆਦ ਸੁਣੀ ਗਈ ਹੈ ਜਾਂ ਨਹੀਂ? ਸਾਡੀ ਕੋਈ ਫਰਿਆਦ ਨਹੀਂ ਸੁਣੀ ਹੈ ਜੀ, ਉਰੇ ਆਏ ਤੱਕ ਨਹੀਂ ਹੈ, ਨਾ ਹੀ ਦੇਖਿਆ, ਮੌਕਾ ਵੀ ਨਹੀਂ ਦੇਖਿਆ, ਨਾਲ ਸਾਰੀ ਨਹਿਰ ਪੱਟੀ ਪਈ ਹੈ, ਪਤਾ ਨਹੀਂ ਕਿੱਦਾਂ, ਅਸੀਂ ਤਾਂ ਨਿਆਣੇ ਕੱਢਣਾ ਭਾਰੀ ਭਰ ਗਏ। ਤੁਸੀਂ ਸਾਡੇ ਇਸ ਟੀਵੀ ਦੇ ਮਾਧਿਅਮ ਰਾਹੀਂ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਤਾਂ ਕਹਿੰਦੇ ਜਿਹੜੇ ਸਾਡਾ ਪਹਿਲੇ ਪਰਿਵਾਰ ਚੱਲਦਾ ਤਾ, ਉੱਦਾਂ ਹੀ ਜਿੱਦਾਂ ਨੁਕਸਾਨ ਹੋਇਆ ਹੈ ਸਾਡਾ ਪੂਰਾ ਉਹ ਤੋਂ ਕੱਢ ਦਿਓ। ਅਸੀਂ ਤਾਂ ਨੰਗੇ ਠਾੜੇ ਖੜ੍ਹੇ, ਇੱਕ ਚੀਜ਼ ਨਹੀਂ ਰਹੀ ਸਾਡੀ, ਤਾਂ ਇੱਦਾਂ ਹੀ ਵਿਹਲੇ ਕੇ ਵਿਹਲੇ ਬੈਠੇ। ਕੁਛ ਕੁ ਸਾਡੇ ਨਾਲ ਔਰਤਾਂ ਕੁਛ ਨਹੀਂ ਚਾਹੀਏ, ਸਰਕਾਰ ਤਾਂ ਸਾਨੂੰ ਮਦਦ ਚਾਹੀਏ, ਹੁਣ ਦਿੰਦੇ 12 ਵਜੇ ਭੇਜੀ ਕਿਸ਼ਤੀ, ਦਿੰਦੇ 12 ਵਜੇ ਖੇਤਰ ਅਸੀਂ ਬਚ ਜੂੰਗੇ, ਸਾਡੇ ਪਿੰਡਾਂ ਵਾਲੇ ਸਾਥ ਨਹੀਂ ਕੱਢਦੇ। ਆਹ ਦੇਖੋ ਤੁਸੀਂ ਪਹਿਲੇ, ਸਾਨੂੰ ਕੁਛ ਨਹੀਂ ਚਾਹੀਏ, ਸਾਨੂੰ ਸਾਡੀ ਮਦਦ ਕਰਦੇ, ਰਹਿਣ ਵਾਸਤੇ ਸਾਨੂੰ ਕੁਛ ਸਹਾਇਤਾ ਕਰ, ਸਾਨੂੰ ਔਰ ਕੁਛ ਨਹੀਂ ਚਾਹੀਏ ਬਸ। ਹਾਂ ਦਿਨ ਦੇ 12 ਵਜੇ ਹੁਣ ਭੇਜੀ, ਹੁਣ ਦਿਨ ਦੇ 12 ਵਜੇ ਕਿਆ ਕਰੋਂਗੇ ਅਸੀਂ, ਸਾਨੂੰ ਤਾਂ ਪਿੰਡ ਵਾਲੇ ਨਹੀਂ ਆਉਂਦੇ, ਸਾਡੀ ਤਾਂ ਕੋਈ ਸਾਥਾ ਨਹੀਂ ਸੀ, ਇੱਧਰ ਵੋਟ ਮੰਗਦੇ, ਸਾਰਾ ਕੁਛ ਕਰਦੇ, ਕਿਆ ਕਰੋਂਗੇ ਅਸੀਂ? ਦੇਖਣ ਵਿੱਚ ਆਇਆ ਕਿ ਕੋਈ ਨਹੀਂ ਆਇਆ ਸਾਨੂੰ, ਕਿਸ਼ਤੀ ਆਈ ਸੀਗੀ? ਨਹੀਂ, ਪਿੰਡ ਬਾਹਰ ਵਾਲੇ ਤਾਂ ਆਏ ਨਹੀਂ ਹੈ ਦੇਖਣ ਸਾਨੂੰ, ਅਸੀਂ ਦੇਖਿਆ ਵੀ ਉੱਥੇ, ਹੁਣ ਕਿਆ ਕਰਿਆ ਦੇਖ ਕੇ ਸਾਨੂੰ, ਹੁਣ ਕਿਆ ਕਰਿਆ ਦੇਖ ਕੇ, ਜਦ ਅਸੀਂ ਮਰ ਗਏ, ਮੂੰਹ ਵਿੱਚ ਪਾਣੀ ਪਾ ਦਈਏ ਬੰਦਿਆਂ ਨੇ, ਮਾੜੀ ਮੋਟੀ ਸਾਂਸ ਆ ਗਈ ਤਾਂ ਆ ਗਏ ਦੇਖਣੇ। ਤੇ ਤੁਹਾਡਾ ਕੀ ਕੀ ਨੁਕਸਾਨ ਹੋਇਆ ਜੀ? ਸਾਡੇ ਕਿਆ, ਸਾਡੀ ਬੱਕਰੀ ਬੁੱਕਰੀ ਸਾਰਾ ਕੁਝ ਚਲੇ ਗਿਆ, ਸਾਰਾ ਸਾਮਾਨ ਚਲੇ ਗਿਆ, ਜਿਹੜਾ ਅਸੀਂ ਤਨ ਪੇ ਪਾਏ ਕੱਪੜੇ ਉਹ ਹੀ ਬਚਿਆ, ਬਚਿਆ ਕੁਛ ਨਹੀਂ ਸਾਡਾ ਇੱਧਰ, ਜਿਹੜੇ ਤੁਹਾਨੂੰ ਦੀਵਾਲਾ ਕੰਧਾਂ ਦਿਖ ਰਹੀਆਂ ਉਹ ਹੀ ਬਚੀਆਂ, ਜਿਹੜੇ ਗੇਟ ਦਿਖ ਰਹੇ ਉਹ ਹੀ ਬਚੀਆਂ, ਸਾਡੇ ਅੰਦਰ ਵੜ ਕੇ ਦੇਖ ਲਓ ਕੁਛ ਵੀ ਨਹੀਂ ਬਚਿਆ, ਸਾਡੇ ਕਰਾਮ ਹੈ, ਆਹ ਦੇਖ ਲਓ ਤੁਸੀਂ, ਅਗਰ ਉਹ ਨਹੀਂ ਹੋ ਤੇ ਪਿੰਡ ਵਾਲੇ ਬੱਚੇ ਵੀ ਨਹੀਂ ਬਚਾਏ ਮਿਲਤੇ, ਮੇਰੇ ਤਾਂ ਕੁੜੀ ਰੁੜ ਗਈ ਸਾਰੀ, ਮੈਂ ਕਿਹਾ ਅਗਰ ਮੇਰੇ ਬੱਚੇ, ਇੱਕ ਤਾਂ ਬੜੀ ਮੁਸ਼ਕਿਲ ਸੇ ਪਕੜੀ ਗਈ ਹੈ, ਸਾਰਾ ਸਮਾਨ ਸਾਰਾ ਨੰਗੇ ਹੋ ਗਏ, ਬੱਚੇ ਸਾਰੇ ਸਕੂਲ ਦੀ ਕਿਤਾਬਾਂ ਉਤਾਬਾਂ ਸਭ ਬਿਖਰ ਗਏ, ਕੈਸੇ ਸਕੂਲ ਜਾਣਗੇ ਬੱਚੇ? ਕੋਈ ਮਦਦ ਤੋਂ ਦਿਓ, ਕੋਈ ਤਾਂ ਮਦਦ ਦਿਓ ਬੱਚਿਆਂ ਨੂੰ, ਕੋਈ ਕੁਛ ਨਹੀਂ ਕਰਦਾ, ਕੋਈ ਵੀ ਪਿੰਡ ਵਾਲੇ ਨਹੀਂ ਹੋ ਤਾਂ ਕੈਸੇ ਜਨਮ ਜਾਤੀ, ਅੱਜ ਆਏ ਤਾਂ ਕਿਆ ਦੇਖਣੇ ਆਏ ਤੇ ਲੋਕ, ਕੁਛ ਵੀ ਦੇਖਿਆ ਆ ਕੇ ਕੁਛ ਵੀ ਦੇਖਣ ਨਹੀਂ ਆਏ ਤੇ ਲੋਕ, ਰੋਟ ਪੈਸੇ ਮੁੜ ਕੇ ਚਲੇ ਗਏ, ਕਿਆ ਸਹਾਇਤਾ ਕਰੀਏ ਇਨ ਲੋਕਾਂ ਨੇ ਹਮਾਰੀ, ਕੋਈ ਸਹਾਇਤਾ ਨਹੀਂ ਕਰੀ ਹੈ, ਹਮਾਰੇ ਬੱਚੇ ਹਾਂ ਕੋਈ ਨਹੀਂ ਸੁਣਦਾ ਹੈ। ਤੇ ਤੁਸੀਂ ਸੁਣਿਆ ਕਿ ਪਿੰਡ ਖੈਰਾਬਾਦ ਦੇ ਜਿਹੜੇ ਵਸਨੀਕ ਸੀਗੇ, ਜਿਹਨਾਂ ਦਾ ਪੂਰਾ ਜਿਹੜਾ ਇੱਥੋਂ ਹੀ ਜਿਹੜਾ ਨੁਕਸਾਨ ਹੋਇਆ ਸੀਗਾ, ਇੱਥੋਂ ਹੀ ਇਹਨਾਂ ਦੇ ਘਰਾਂ ਦੇ ਕੋਲੋਂ ਜਿਹੜੀ ਨਦੀ ਟੁੱਟੀ ਸੀਗੀ, ਸਭ ਤੋਂ ਵੱਧ ਨੁਕਸਾਨ ਇਹਨਾਂ ਘਰਾਂ ਦਾ ਹੋਇਆ, ਇਹਨਾਂ ਨੇ ਆਪਣੀ ਜਾਨ ਬੜੀ ਮੁਸ਼ਕਲ ਨਾਲ ਬਚਾਈ, ਪਿੰਡ ਉਹ ਵੀ ਪਿੰਡ ਵਾਲਿਆਂ ਦੀ ਸਹਾਇਤਾ ਦੇ ਨਾਲ, ਪਿੰਡ ਵਾਲਿਆਂ ਨੇ ਆਪਣੀ ਕਿਸ਼ਤੀਆਂ ਮੰਗਾ ਕੇ ਇਹਨਾਂ ਦੀ ਜਿਹੜੀ ਜਾਨ ਬਚਾਈ ਹੈ। ਅੰਮ੍ਰਿਤਸਰ, ਲੁਧਿਆਣਾ, ਬਲਾਚੌਰ ਅਤੇ ਰੋਪੜ ਤੋਂ ਇਲਾਵਾ ਜਲੰਧਰ ਦੀ ਗੱਲ ਕਰੀਏ ਤਾਂ ਸ਼ਾਹਕੋਟ, ਫਲੌਰ ਅਤੇ ਨਕੋਦਰ ਨੇੜਲੇ ਲਗਭਗ 81 ਪਿੰਡਾਂ ਨੂੰ ਖਾਲੀ ਕਰਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਆਦੇਸ਼ ਜਾਰੀ ਹੋਏ। ਇਸ ਸੰਬੰਧੀ ਇੱਥੋਂ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜੇ ਸਤਲੁਜ ਦੇ ਨੇੜੇ ਲੱਗਦੇ ਇਲਾਕੇ ਹੈਗੇ ਨੇ ਜਲੰਧਰ ਜ਼ਿਲ੍ਹੇ ਦੇ, ਉੱਥੋਂ ਦੇ ਵਸਨੀਕਾਂ ਨੂੰ ਅਸੀਂ ਸਵੇਰੇ ਵੀ ਮੁਸ਼ਤਰੀ ਬੁਨਿਆਦੀ ਸ਼ੁਰੂ ਕਰਾ ਦਿੱਤੀ ਹੈ, ਕਿਉਂਕਿ ਪਿੱਛੋਂ ਪਾਣੀ ਦੀ ਮਿਕਦਾਰ ਕਾਫੀ ਜ਼ਿਆਦਾ ਜਿਹੜੀ ਹੈ ਆ ਗਈ ਹੈ। ਇਸ ਕਰਕੇ ਜਿਹੜੇ 81 ਵਿਲੇਜਿਸ ਨੇ, 81 ਪਿੰਡ ਨੇ ਸਤਲੁਜ ਦੇ ਨਾਲ, ਉਹਨਾਂ ਨੂੰ ਖਾਲੀ ਕਰਾਉਣ ਦੇ ਆਦੇਸ਼ ਦਿੱਤੇ ਗਏ ਨੇ। ਇਹਨਾਂ ਪਿੰਡਾਂ ਦੇ ਵਿੱਚੋਂ 63 ਪਿੰਡ ਜਿਹੜੇ ਹੈਗੇ ਆ ਸ਼ਾਹਕੋਟ ਏਰੀਏ ਦੇ ਨੇ, 13 ਪਿੰਡ ਹੈ ਫਿਲੌਰ ਏਰੀਏ ਦੇ ਨੇ, ਔਰ 5 ਪਿੰਡ ਜਿਹੜੇ ਹੈਗੇ ਆ ਨਕੋਦਰ ਏਰੀਏ ਦੇ ਨੇ। ਹੁਣੇ SDM ਸਾਹਿਬ ਨੇ ਮੈਨੂੰ ਦੱਸਿਆ ਕਿ 4 ਪਿੰਡ ਹੋਰ ਵਲਨਰੇਬਲ ਨੇ, ਨਕੋਦਰ ਦੇ ਅਸੀਂ ਸੰਖਿਆ 5 ਦੀ ਬਜਾਏ ਵਧਾ ਕੇ 9 ਕਰਤੀ, ਤੋਂ 81 ਦੀ ਬਜਾਏ ਤੁਸੀਂ ਇਹ ਸੋਚ ਸਕਦੇ ਹੋ ਵੀ ਅਸੀਂ 85 ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ। ਇਹ ਸਥਿਤੀ ਕਿਉਂ ਪੈਦਾ ਹੋਈ?
ਪਹਿਲਾਂ ਪੰਜਾਬ ਸਰਕਾਰ ਔਰ BBMB ਵੱਲੋਂ ਪੂਰਾ ਜਿਹੜਾ ਪਾਣੀ ਦਾ ਕੰਟਰੋਲ ਹੈ ਉਹ ਭਾਖੜਾ ਡੈਮ ਰਾਹੀਂ ਕੀਤਾ ਜਾ ਰਿਹਾ ਸੀ। 40,000 ਜਾਂ 50,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਕਿਉਂਕਿ 1 ਲੱਖ ਤੱਕ ਜਿਹੜਾ ਪਾਣੀ ਆਉਣ ਨਾਲ ਸਤਲੁਜ ਦੇ ਜਿਹੜੇ ਨੇੜੇ ਤੇੜੇ ਦੇ ਖੇਤਰ ਨੇ ਉਹਨਾਂ 'ਚ ਕੋਈ ਹੜ੍ਹ ਨਹੀਂ ਆਉਂਦਾ। ਪਰੰਤੂ ਕੱਲ੍ਹ ਦੀ ਰਾਤ ਕਾਫੀ ਭਾਰੀ ਵਰਖਾ ਹੋਈ ਹੈ ਹਿਮਾਚਲ ਦੇ ਕੁਛ ਏਰੀਆਜ਼ ਦੇ ਵਿੱਚ। ਉੱਥੇ 2 ਜਿਹੜੇ ਬਰਸਾਤੀ ਨਦੀਆਂ ਹੈਗੀਆਂ ਨੇ, ਸਿਸਵਾਂ ਔਰ ਸਵਾਂ, ਇਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ। ਇਹ ਜਿਹੜਾ ਪਾਣੀ ਹੈਗਾ ਇਹ ਭਾਖੜਾ ਡੈਮ 'ਚ ਨਹੀਂ ਜਾਂਦਾ ਬਲਕਿ ਸਿੱਧਾ ਸਤਲੁਜ ਦਰਿਆ 'ਚ ਆਉਂਦਾ ਹੈ, ਜਿਹਦੇ ਨਤੀਜੇ ਵਜੋਂ ਇਹ ਹੋਇਆ ਕਿ ਅੱਜ 9 ਵਜੇ ਤੱਕ ਜਿਹੜੀ ਪਾਣੀ ਦੀ ਮਿਕਦਾਰ ਸੀ ਸਤਲੁਜ ਦਰਿਆ ਦੇ ਵਿੱਚ ਉਹ 1,90,000 ਸੀ, ਔਰ 11 ਵਜੇ ਦੀ ਜਿਹੜੀ ਹੁਣ ਰੀਡਿੰਗ ਹੈਗੀ ਹੈ ਰੋਪੜ ਤੋਂ ਜਿਹੜਾ ਹੈਗਾ 2,40,000 ਕਿਊਸਿਕ ਜਿਹੜਾ ਪਾਣੀ ਚੱਲ ਚੁੱਕਿਆ। ਇਹ ਪਾਣੀ ਜਿਹੜਾ ਹੈਗਾ ਰੋਪੜ ਜਿਹੜਾ ਫਿਲੌਰ ਏਰੀਏ ਦੇ ਵਿੱਚ 5 ਵਜੇ ਦੇ ਕਰੀਬ, ਨਕੋਦਰ ਏਰੀਏ ਦੇ ਵਿੱਚ ਸ਼ਾਮ ਨੂੰ 6 ਵਜੇ ਦੇ ਕਰੀਬ, ਔਰ ਸ਼ਾਹਕੋਟ ਏਰੀਏ ਦੇ ਵਿੱਚ ਸ਼ਾਮ ਨੂੰ ਕਰੀਬ 7 ਵਜੇ ਦੇ ਕਰੀਬ ਆਉਣ ਦੀ ਸੰਭਾਵਨਾ ਹੈ। ਪਰ ਇਹ ਗੱਲ ਮੈਂ ਵਾਜ਼ੇ ਕਰ ਦੇਣਾ ਚਾਹੁੰਦਾ ਕਿ 1 ਲੱਖ ਕਿਊਸਿਕ ਤੱਕ ਦੀ ਸਮਰੱਥਾ ਹੈ ਧੁੱਸੀ ਬੰਨ ਤੱਕ ਦੀ, ਕਿਉਂਕਿ ਇਹ ਜਿਹੜਾ ਪਾਣੀ ਹੈ ਕਿਉਂਕਿ 2,40,000 ਦੇ ਕਰੀਬ ਆ ਚੁੱਕਿਆ, ਤੋ ਇਸ ਕਰਕੇ ਇਹ ਜਿਹੜਾ ਪਾਣੀ ਹੈ ਇਹ ਧੁੱਸੀ ਬੰਨ ਨੂੰ ਕ੍ਰੋਸ ਕਰਕੇ ਇਹ ਜਿਹੜੇ 81 ਪਿੰਡ ਜਾਂ 85 ਪਿੰਡ ਮੈਂ ਤੁਹਾਨੂੰ ਦੱਸੇ ਆ, 4 ਪਿੰਡ ਹੁਣੇ SDM ਨਕੋਦਰ ਸਾਹਿਬ ਨੇ ਹੋਰ ਆਈਡੈਂਟੀਫਾਈ ਕੀਤੇ ਆ, 85 ਪਿੰਡਾਂ ਦੇ ਵਿੱਚ ਇਹ ਪਾਣੀ ਨੇ ਐਂਟਰ ਕਰਨਾ। ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਜਿਹੜੀ ਇਹ ਵਾਰਨਿੰਗ ਦਿੱਤੀ ਜਾ ਰਹੀ ਹੈ ਇਸ 'ਤੇ ਅਮਲ ਕਰਦੇ ਹੋਏ, ਕਿਉਂਕਿ ਆਪਣੇ ਕੋਲ ਅਜੇ 11 ਵਜੇ ਹੈ, 7 ਘੰਟੇ ਆਪਣੇ ਕੋਲ ਹੈਗੇ ਹੈ, ਫਿਲੌਰ ਵਾਲਿਆਂ ਕੋਲ 6 ਘੰਟੇ ਹੈ। ਇਸ ਸਮੇਂ ਦੇ ਦੌਰਾਨ ਆਪਣੇ ਬਾਲ ਬੱਚੇ ਬਜ਼ੁਰਗ ਔਰ ਸਾਰਾ ਜਿੰਨੇ ਵੀ ਲੋਕ ਨੇ ਉਹਨਾਂ ਦਾ ਡੰਗਰ ਬੱਚਾ ਜਿੰਨਾ ਕੀਮਤੀ ਸਮਾਨ ਉਹ ਲੈ ਕੇ ਸਾਡੇ ਕੈਂਪਸ ਦੇ ਵਿੱਚ ਆ ਜਾਣ। ਜਿਹੜੇ ਅਸੀਂ ਕੈਂਪਸ ਹੈਗੇ ਨੇ 3 ਥਾਂ 'ਤੇ ਜਿਹੜੇ SDMs ਨੇ ਉਹਨਾਂ ਨੇ ਸਥਾਪਿਤ ਕੀਤੇ ਨੇ, ਕੈਂਪਾਂ ਦੇ ਵਿੱਚ ਇਹਨਾਂ ਦੇ ਰਹਿਣ ਖਾਣ ਪੀਣ ਦਵਾਈ ਪਾਣੀ ਸਾਰਾ ਪ੍ਰਬੰਧ ਹੋਏਗਾ। ਮੇਰੀ ਦੁਬਾਰਾ ਤੋਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਸ, ਕਿਉਂਕਿ ਪਹਿਲਾਂ ਵੀ ਜਦੋਂ ਕਦੇ ਆਉਂਦੀ ਹੈ ਤਾਂ ਲੋਕਾਂ 'ਚ ਬਹੁਤੀ ਵਾਰੀ ਇਹ ਰਿਲਕਟੈਂਸ ਹੁੰਦੀ ਹੈ ਮੂਵ ਕਰਨ ਦੀ। 1 ਦਿਨ ਆਪਾਂ ਅਗਰ ਤਕਲੀਫ ਉਠਾ ਲਾਂਗੇ ਮੂਵ ਕਰ ਲਾਂਗੇ ਤਾਂ ਉਹਦੇ ਨਾਲ ਆਪਾਂ ਸੇਫ ਰਵਾਂਗੇ ਜਦੋਂ ਪਾਣੀ ਆਏਗਾ। ਕਈ ਵਾਰ ਜਦੋਂ ਟਾਈਮ ਸਿਰ ਮੂਵ ਨਹੀਂ ਕਰਦੇ ਪਾਣੀ ਇਕੱਠਾ ਹੋਣ 'ਤੇ ਫਿਰ ਉਸ ਸਮੇਂ ਜਿਹੜਾ ਹੈਗਾ ਦਿੱਕਤ ਆਉਂਦੀ ਹੈ ਲੋਕਾਂ ਨੂੰ ਉੱਥੋਂ ਕੱਢਣ ਦੇ ਵਿੱਚ। ਬਾਕੀ ਇਨ ਦਾ ਮੀਨ ਟਾਈਮ ਸਾਡੇ ਸਾਰੇ SDMs, ਸਾਰੇ ਸਾਡੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਸਾਹਿਬਾਨ, ਹੈਲਥ ਵਿਭਾਗ ਦੀਆਂ ਟੀਮਾਂ, ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ, ਫੂਡ ਸਪਲਾਈ ਵਿਭਾਗ ਦੀਆਂ ਟੀਮਾਂ ਔਰ ਪੁਲਿਸ ਵਿਭਾਗ ਦੀਆਂ ਜਿਹੜੀਆਂ ਵੀ ਟੀਮਾਂ ਨੇ ਸਾਰੇ, ਔਰ ਜਿੰਨੇ ਵੀ ਸਾਡੇ ਪੰਚਾਇਤ ਵਿਭਾਗ ਦੇ ਜਿੰਨੇ ਵੀ ਨੁਮਾਇੰਦੇ ਨੇ ਸਾਰਿਆਂ ਨੂੰ ਕਿਹਾ ਗਿਆ, ਫੀਲਡ ਦੇ ਵਿੱਚ ਸਾਰੇ ਗਏ ਨੇ, ਲੋਕਾਂ ਦੀ ਮਦਦ ਲਈ ਗਏ ਨੇ। ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੋਪੜ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ, ਪਰ ਹੈਰਾਨੀਜਨਕ ਕਿੱਸਾ ਇਹ ਰਿਹਾ ਕਿ ਸ਼ਾਇਦ ਇਹ ਸਿਰਫ ਦਿਖਾਵਾ ਹੀ ਸੀ, ਕਿਉਂਕਿ ਜਦ ਮੁੱਖ ਮੰਤਰੀ ਨੇ ਰੋਪੜ ਪਹੁੰਚਣਾ ਸੀ ਤਾਂ NDRF ਦੀ ਟੀਮ ਕੁਝ ਮਿੰਟ ਪਹਿਲਾਂ ਹੀ ਪਹੁੰਚੀ ਅਤੇ ਜਿਵੇਂ ਹੀ ਮੁੱਖ ਮੰਤਰੀ ਆਪਣੇ ਜਹਾਜ਼ 'ਚ ਬੈਠੇ ਤਾਂ NDRF ਦੀ ਟੀਮ ਵੀ ਰਫੂ ਚੱਕਰ ਹੋ ਗਈ। ਸ਼ਾਇਦ ਤੁਹਾਨੂੰ ਇਸ 'ਤੇ ਯਕੀਨ ਨਾ ਹੋਇਆ ਹੋਵੇ, ਚਲੋ ਫਿਰ ਸੁਣਾਉਣੇ ਆ ਉੱਥੋਂ ਦੇ ਲੋਕਾਂ ਦੀ ਜ਼ੁਬਾਨੀ। ਕੈਪਟਨ ਅਮਰਿੰਦਰ ਸਿੰਘ ਪਿੰਡ ਦਾ ਦੌਰਾ ਕਰਕੇ ਗਏ, ਉਹਨਾਂ ਨੇ ਕੀ ਕਿਹਾ ਤੁਹਾਨੂੰ? ਕੀ ਕੁਛ ਨਹੀਂ ਜੀ ਕਿਹਾ ਸਾਨੂੰ, ਕੁਛ ਨਹੀਂ ਜੀ ਕਿਹਾ, ਬਿਨਾਂ ਲਿਓ ਜੀ ਸਾਨੂੰ ਨਹੀਂ ਮਿਲੇ ਹੈਗੇ, ਬਸ ਕਿਸੇ ਨੂੰ ਜੀ ਮਿਲੇ ਹੈਗੇ, ਦੇਖਦੇ ਹਾਂ। ਹੁਣ ਕਹਿੰਦੇ ਆਪਣੀ ਜਾਨਾਂ ਬਚਾਓ, ਇਹ ਬਾਅਦ 'ਚ ਦੇਖਾਂਗੇ ਵੀ ਜਾਨਾਂ ਨੂੰ ਦੱਸੋ। ਹੁਣ ਕਿਹਾ ਜਾਨਾਂ ਤਾਂ ਚਲੇ ਗਈਆਂ, ਜਿਹੜੀਆਂ ਜਾਣੀਆਂ ਹੈ ਕੋਈ ਨਹੀਂ ਜੀ ਮਿਲਿਆ ਹੈਗਾ। ਕੀ ਇਸ ਪਿੰਡ ਦੇ ਵਿੱਚ ਕੋਈ ਜਾਨੀ ਨੁਕਸਾਨ ਵੀ ਹੋਇਆ ਜਾਂ ਕਿੰਨਾ, ਇੱਕ ਵਾਰ ਵੀ ਦੱਸੋ। ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਜੀ ਹੋਇਆ ਸਰ। ਪਿੰਡ ਵਾਲਿਆਂ ਨੇ ਆਪ ਰਲ ਕੇ 3-4 ਪਿੰਡਾਂ ਨੇ ਖੁਦ ਬਚਾਓ ਕਰਿਆ ਜੀ, ਹੋਰ ਕਿਸੇ ਨੇ ਕੋਈ ਬਚਾਓ ਨਹੀਂ ਜੀ ਕਰਿਆ ਹੈਗਾ। ਆ ਕੇ ਪ੍ਰਸ਼ਾਸਨ, ਹਾਂਜੀ, ਜਦੋਂ ਤੱਕ ਪ੍ਰਸ਼ਾਸਨ ਹੈ ਜਦੋਂ ਤੱਕ ਤਾਂ ਪਾਣੀ ਉਤਰੇ ਗਿਆ ਸੀਗਾ ਜੀ, ਆਪ ਸਾਰਾ ਪਿੰਡ ਖੁਦ ਲੱਗੇ ਹੋਏ ਸੀਗੇ, 3-4 ਪਿੰਡ ਆਪ ਲੱਗ ਕੇ ਸਾਰਾ ਕੁਛ ਕਰਿਆ ਜੀ, ਖੁਦ ਕਰਿਆ ਹੈ। ਨਦੀ ਦਾ ਬੰਨ ਵੀ ਹਾਲ ਤਾਂ ਕੁਛ ਨਹੀਂ ਕਰਿਆ, ਉੱਦਾਂ ਹੀ ਪਿਆ ਜੀ। ਜੇ ਦੁਬਾਰਾ ਪਾਣੀ ਆ ਗਿਆ ਦੁਬਾਰਾ ਫਿਰ ਇਸੇ ਹਿਸਾਬ ਨਾਲ, ਫਿਰ ਤਾਂ ਜ਼ਿਆਦਾ ਜ਼ਿਆਦਾ ਫਿਰ ਤਾਂ ਜਾਨੀ ਵੀ ਹੋਊਗਾ ਮਾਲੀ ਵੀ ਹੋਊਗਾ। ਇੱਥੇ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਨਹੀਂ ਸੀ, ਨਾ ਕੋਈ ਇੱਥੇ DC ਦਿਖਿਆ, ਨਾ ਕੋਈ SDM ਦਿਖਿਆ, ਨਾ ਕੋਈ ਤਹਿਸੀਲਦਾਰ ਦਿਖਿਆ। ਆ ਪੁਲਿਸ ਲੱਗੀ ਆ, ਸਿਰਫ ਤੇ ਸਿਰਫ ਇੱਕ CM ਸਾਹਿਬ ਦੇ ਆਉਣ ਦੇ ਪੁਲਿਸ ਲੱਗੀ ਆ, NDRF ਦੀ ਟੀਮ ਲੱਗੀ ਆ, ਇੱਕ CM ਸਾਹਿਬ ਨੂੰ ਦਿਖਾਵੇ ਲਈ ਲੱਗੀ ਆ, ਇੱਥੇ ਕਿਸ਼ਤੀ ਰੱਖੀ ਗਈ ਆ, ਇੱਕ ਦਿਖਾਵੇ ਲਈ ਰੱਖੀ ਗਈ ਆ, ਉਹਦਾ ਕੋਈ ਰੋਲ ਨਹੀਂ ਰਿਹਾ NDRF ਦੀ ਟੀਮ ਦਾ। ਕੋਈ ਸਾਡਾ ਮੈਸ, ਕੋਈ ਸਾਡਾ ਕੱਟਾ, ਕੋਈ ਬੱਚਾ ਬਚਾਇਆ ਹੋਵੇ, ਇਹੋ ਜਿਹੀ ਕੋਈ ਉਹਨਾਂ ਨੇ ਕੋਈ ਘਟਨਾ ਨੂੰ ਅੰਜਾਮ ਨਹੀਂ ਦਿੱਤਾ। ਇੱਥੇ ਬਹੁਤ ਸਾਰੇ ਡੰਗਰ ਰੁੜ ਗਏ, ਲੋਕਾਂ ਦਾ ਬਹੁਤ ਨੁਕਸਾਨ ਹੋਇਆ ਮਾਲੀ ਤੌਰ 'ਤੇ। ਅਸੀਂ ਤਾਂ ਇਹ ਸੁਣਾਉਂਗੇ, ਸਰਕਾਰ ਤਾਂ ਰੋਡ 'ਤੇ ਆਉਂਦੀ, ਰੋਡ 'ਤੇ ਲੰਘ ਜਾਂਦੀ ਹੈ, ਉਰੇ ਮੋਹਾਲਾ ਕਿਹੜੇ ਕਰਕੇ ਗਿਆ ਤੁਸੀਂ ਦੇਖਿਆ ਜੀ ਸਰ? 10-12 ਘੰਟਾ ਪਹਿਲਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਦੌਰਾ ਕਰਕੇ ਗਏ, ਕੀ ਤੁਹਾਨੂੰ ਮਿਲੇ ਆ? ਤੁਹਾਡੇ ਕੀ ਕਹਿੰਦਾ? ਮੁਲਾਕਾਤ ਨਹੀਂ ਸਰ, ਸਾਡੀ ਤਾਂ ਮੁਲਾਕਾਤ ਨਹੀਂ ਹੁੰਦੀ ਹੈ, ਉਹ ਤਾਂ ਰੱਸਾ ਪਾ ਕੇ ਤੁਸੀਂ ਰੋਡ 'ਤੇ ਆਏ, ਉੱਥੇ ਲੰਘੇ, ਸਾਡੀ ਕੋਈ ਮੁਲਾਕਾਤ ਨਹੀਂ ਹੋਈ। ਅਕੈਡਮੀ ਵਾਸਤੇ ਆਏ ਸਰ? ਉਹ ਆਪਣੀ ਅਕੈਡਮੀ ਵਾਸਤੇ ਦੇਖਣ ਆਏ ਵੇ ਤੇ
ਇੱਥੇ ਕੋਈ ਮੁਲਾਕਾਤ ਨਹੀਂ ਕੀਤੀ ਉਹਨਾਂ ਨੇ, ਨਾ ਕਿਤੇ ਖੜ੍ਹੇ ਆ ਉਹ ਆਪਣੀ ਜਿੱਥੋਂ ਅਕੈਡਮੀ ਬਣ ਰਹੀ ਹੈ ਉਹਨਾਂ ਦੀ ਉਹ ਮੁਆਇਨਾ ਕਰਕੇ ਜਦੇ ਵਾਪਸ ਹੋ ਗਏ ਆ। ਤੇ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਤੋਂ, ਮੰਗ ਕੀ ਕਰਦੇ ਆ? ਕੱਪੜੇ ਤਨ ਤੋਂ ਸਾਡੇ ਕੱਪੜੇ ਵੀ ਨਹੀਂ ਆ, ਇੰਨਾ ਤਾਂ ਸੁਵਿਧਾ ਹੋ ਜਾਵੇ ਜਿਹੜੇ ਰਹਿਣ ਜੋਗੀ ਹੋ ਜਾਵੇ, ਸਿਰ ਚਬਾਨ ਜੋਗੀ ਹੋ ਜਾਵੇ। ਤੁਸੀਂ ਸੁਣਿਆ ਪਿੰਡ ਵਾਲਿਆਂ ਦਾ ਕੀ ਕਹਿਣਾ ਆ ਵੀ ਕਿਸ ਤਰ੍ਹਾਂ ਇਹਨਾਂ ਦਾ ਨੁਕਸਾਨ ਹੋਇਆ, ਕਿੱਦਾਂ ਕਿਸ ਤਰ੍ਹਾਂ ਖੁਦ ਇਹਨਾਂ ਨੇ ਆਪਣੇ ਜਾਨੀ ਮਾਲੀ ਜਿਹੜਾ ਨੁਕਸਾਨ ਦਾ ਬਚਾਅ ਕੀਤਾ, ਪਰ ਅੱਜ CM ਦੇ ਆਉਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਅਧਿਕਾਰੀ ਵੀ ਇੱਥੇ ਆਏ ਤਾਂ ਖਾਨਾ ਪੂਰਤੀ ਕਰਕੇ ਵਾਪਸ ਕਰ ਗਏ। ਇਸ ਸੰਬੰਧੀ ਸਾਡੇ ਵੱਲੋਂ ਰਾਜਨੀਤਿਕ ਸ਼ਖਸੀਅਤਾਂ ਦੀ ਵੀ ਪ੍ਰਤੀਕਿਰਿਆ ਜਾਣੀ ਗਈ ਕਿ ਪੰਜਾਬ ਵਿੱਚ ਅਜਿਹੇ ਹਾਲਾਤਾਂ ਦਾ ਬਣਨਾ ਕੋਈ ਪਹਿਲੀ ਵਾਰ ਤਾਂ ਨਹੀਂ, ਪਰ ਹਰ ਵਾਰ ਆਮ ਲੋਕਾਂ ਅਤੇ ਸੈਂਕੜੇ ਪਿੰਡਾਂ ਵਿੱਚ ਆਉਣ ਵਾਲੀ ਅਜਿਹੀ ਸਮੱਸਿਆ ਦਾ ਹੱਲ ਸਥਾਈ ਕਿਉਂ ਨਹੀਂ ਹੋ ਰਿਹਾ? ਸਾਡੇ ਨਾਲ ਅਕਾਲੀ ਦਲ ਦੇ ਸਪੋਕਸਪਰਸਨ ਸਰਦਾਰ ਚਰਨਜੀਤ ਸਿੰਘ ਬਰਾੜ ਹਾਜ਼ਰ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਅੱਜ ਕੱਲ੍ਹ ਬਹੁਤ ਨਾਜ਼ੁਕ ਹੋਈ ਪਈ ਹੈ, ਜੇਕਰ ਹੜ੍ਹਾਂ ਦੀ ਗੱਲ ਕਰੀਏ, ਤੁਸੀਂ ਕਿਵੇਂ ਦੇਖਦੇ ਹੋ ਕਿ ਪ੍ਰਬੰਧ ਪਹਿਲਾਂ ਹੋਣੇ ਚਾਹੀਦੇ ਸੀ ਜਾਂ ਸਰਕਾਰ ਨੇ ਪ੍ਰਬੰਧ ਕੀਤੇ ਨੇ ਜਾਂ ਲੇਟ ਨੇ? ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬ ਨਿਵਾਸੀਆਂ ਨਾਲ ਜਿੱਥੇ ਜਿੱਥੇ ਕਿ ਇਹ ਪਾਣੀ ਜ਼ਿਆਦਾ ਆ ਰਿਹਾ ਉਹਨਾਂ ਨਾਲ ਅਸੀਂ ਆਪਣੇ ਵੱਲੋਂ ਉਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁੰਦੇ ਹਾਂ। ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਪਾਰਟੀ ਦੇ ਕਾਡਰ ਨੂੰ, ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਸਾਹਿਬਾਨ, ਮੁੱਖ ਹਲਕਾ ਸੇਵਾਦਾਰ ਜਾਂ ਵੱਖ ਵੱਖ ਅਹੁਦੇਦਾਰ ਸਾਹਿਬਾਨ ਨੇ, ਉਹਨਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਜਾ ਕੇ ਆਪਾਂ ਜਿਹੜੇ ਲੋਕ ਦੁਖੀ ਨੇ ਉਹਨਾਂ ਦੇ ਦੁੱਖ ਦੇ ਵਿੱਚ ਖੜ ਕੇ ਉਹਨਾਂ ਦਾ ਜੋ ਵੀ ਆਪਾਂ ਕੰਮ ਵੰਡਾ ਸਕਦੇ ਹਾਂ, ਕੋਈ ਸਮਾਨ ਢੋਣਾ, ਕੋਈ ਲੰਗਰ ਪਾਣੀ ਦੇ ਇੰਤਜ਼ਾਮ ਕਰਨੇ ਆ, ਪਸ਼ੂਆਂ ਨੂੰ ਸਾਂਭਣਾ, ਇਹ ਸਾਰੇ ਤੌਰ 'ਤੇ ਕੀਤੇ ਜਾਵੇ। ਮੈਂ ਧੰਨਵਾਦ ਕਰੂੰਗਾ SCPC ਦੇ ਪ੍ਰਧਾਨ ਸਾਹਿਬ ਦਾ, ਜਿਨ੍ਹਾਂ ਨੇ ਉਹਨਾਂ ਨੇ ਵੀ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਹੈ ਉੱਥੇ ਉਹਨਾਂ ਨੇ ਪ੍ਰਬੰਧ ਲੰਗਰਾਂ ਦੇ ਪਲੱਸ ਰਹਿਸ਼ਾਂ ਦੇ ਪਲੱਸ ਸਾਰੇ ਹੋਰ ਵੀ ਜੇ ਕੋਈ ਸਹੂਲਤ ਦੀ ਲੋੜ ਹੈ, ਡਾਕਟਰੀ ਸਹਾਇਤਾ ਦੀ ਲੋੜ ਹੈ, ਸਾਰੀਆਂ ਸਹੂਲਤਾਂ ਦੇ ਲਈ ਉਹਨਾਂ ਨੇ ਵਚਨਬੱਧਤਾ ਆਪਣੀ ਪ੍ਰਗਟ ਕੀਤੀ ਹੈ ਲੋਕਾਂ ਦੇ ਵਿੱਚ ਔਰ ਅਪੀਲ ਕੀਤੀ ਹੈ ਕਿ ਸਾਥ ਦਿਓ। ਦੂਸਰੀ ਗੱਲ ਰਹੀ ਗੱਲ ਪੰਜਾਬ ਦੀ ਸਰਕਾਰ ਦੀ ਜਿਹੜੇ ਕਿ ਇੰਤਜ਼ਾਮਾਂ ਦੀ ਗੱਲ ਹੈ, ਮੈਂ ਸਮਝਦਾ ਕਿ ਇੱਕ ਮਹੀਨਾ ਪਹਿਲਾਂ ਦੀਆਂ ਬਾਰਿਸ਼ਾਂ ਸ਼ੁਰੂ ਹੋਈਆਂ ਔਰ ਕਿਤੇ ਵੀ ਕੋਈ ਨਾ ਕੋਈ ਡਿਪਟੀ ਕਮਿਸ਼ਨਰ ਕੋਲ ਕੋਈ ਫੰਡ ਗਏ ਹੈ, ਨਾ ਕੋਈ ਕਿਤੇ ਪ੍ਰਬੰਧ ਹੈਗੇ ਹੈ, ਅਤੇ ਇਸ ਕਿਸਮ ਦੀਆਂ ਧੱਜੀਆਂ ਉੱਡ ਰਹੀਆਂ ਪ੍ਰਬੰਧਾਂ ਦੀਆਂ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਲੋਕ ਇੱਕ ਦੂਸਰੇ ਦੀ ਮਦਦ ਕਰਕੇ ਬਚਾਓ ਕਰ ਰਿਹਾ ਅਤੇ ਸਰਕਾਰ ਨਾਂ ਦੀ ਕਿਤੇ ਕੋਈ ਚੀਜ਼ ਨਹੀਂ ਹੈ। ਪਿਛਲੇ ਦਿਨਾਂ ਦੇ ਦੌਰਾਨ ਇੱਕ 3 ਬੰਦੇ ਫਿਰੋਜ਼ਪੁਰ ਦੇ ਵਿੱਚ ਇੱਕ ਕਿਸ਼ਤੀ ਦੀ ਮਾੜੀ ਹਾਲਤ ਕਰਕੇ ਪਲਟ ਕੇ ਮਰ ਗਏ ਸੀ, ਅਤੇ ਸਰਕਾਰ ਦਾ ਕੀ ਜਵਾਬ ਸੀ ਮੌਕੇ ਦੇ ਸਾਰੇ ਪ੍ਰਸ਼ਾਸਨ ਦਾ ਕਿ ਸਰਕਾਰ ਕੋਲ ਪੈਸੇ ਹੀ ਹੈ ਨਹੀਂ ਜੀ, ਕਿੱਥੋਂ ਦਈਏ ਉਹਨਾਂ ਨੂੰ, ਵਿਚਾਰਿਆਂ ਨੂੰ ਕੰਪਨਸੇਸ਼ਨ ਤਾਂ ਦੇਣਾ ਕੀ ਹੈ, 3.5 ਲੱਖ ਰੁਪਏ ਦੀ ਇੱਕ ਕਿਸ਼ਤੀ ਆਉਂਦੀ ਹੈ ਉਸ ਤੱਕ ਸਰਕਾਰ ਨੇ ਦਿੱਤੀ ਨਹੀਂ। ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਦਾ ਸੋਚ ਦਾ ਕਿਸ ਹੱਦ ਤੀਕਰ ਜਨਾਜ਼ਾ ਨਿਕਲਿਆ। ਮੁੱਖ ਮੰਤਰੀ ਤਾਂ ਬਾਹਰ ਨਹੀਂ ਨਿਕਲਦੇ ਅਤੇ ਮੰਤਰੀ ਪਤਾ ਨਹੀਂ ਕਿੱਥੇ ਹੈਗੇ ਆ, ਅਤੇ ਅਫਸਰਸ਼ਾਹੀ ਆਪਣੇ ਬੇਲਗਾਮ ਹੋਈ ਫਿਰਦੀ ਹੈ। ਮੈਂ ਸਮਝਦਾ ਇਹ ਪ੍ਰਬੰਧ ਜਿਹੜੇ ਹੈ ਸਮੇਂ ਸਿਰ ਕੀਤੇ ਹੁੰਦੇ ਤਾਂ ਨੁਕਸਾਨ ਘੱਟ ਸਕਦਾ ਸੀ। ਵੈਸੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਰੋਪੜ ਦੇ ਵਿੱਚ ਜਾਇਜ਼ਾ ਲੈਣ ਵਾਸਤੇ ਪਹੁੰਚੇ ਹੋਏ। ਦੇਖੋ ਹੈਲੀਕਾਪਟਰ 'ਤੇ ਨਿਕਲ ਪਏ ਹੋਣੇ ਆ, ਕਿਉਂਕਿ ਸਾਡੇ ਪ੍ਰਧਾਨ ਸਾਹਿਬ ਨੇ ਵੀ ਕੱਲ੍ਹ ਬੜੀਆਂ ਵੰਗਾਰਾਂ ਝਾੜਾਂ ਪਾਈਆਂ ਇੱਕ ਕਿਸਮ ਦੀਆਂ, ਕਿ ਮੁੱਖ ਮੰਤਰੀ ਲੋਕਾਂ ਨੇ ਇਸ ਕਰਕੇ ਥੋੜ੍ਹੀ ਬਣਾਇਆ ਕਿ ਤੁਸੀਂ ਆਪਦੇ ਸਰਕਾਰੀ ਨਿਵਾਸ 'ਚ ਸਿਰਫ ਸੁੱਤੇ ਹੀ ਰਹੋ, ਤਾਂ ਪੰਜਾਬ ਦੀ ਖਲਕਤ ਜਿਹੜੀ ਹੈ ਸਾਰੀ ਤਰ੍ਹਾਂ ਤਰ੍ਹਾਂ ਕਰੀ ਜਾਂਦੀ ਹੈ, ਅਤੇ ਇਸ ਕਰਕੇ ਚਲੋ ਚੰਗੀ ਗੱਲ ਆ ਨਿਕਲੇ ਹੈ, ਪਰ ਚੰਗਾ ਹੁੰਦਾ ਜੇ ਪਹਿਲਾਂ ਜਿਵੇਂ ਹੜ੍ਹਾਂ ਨੂੰ ਸਥਿਤੀ ਨੂੰ ਦੇਖਦੇ ਹੋਏ ਜਿਸ ਦਿਨ ਦਾ ਹਰ ਰੋਜ਼ ਜਿਹੜੀ ਹੈ ਰਿਪੋਰਟ ਮੁੱਖ ਮੰਤਰੀ ਦੇ ਨਿਵਾਸ 'ਤੇ ਆਉਂਦੀ ਹੈ ਕਿ ਭਾਖੜਾ ਦੇ ਵਿੱਚ ਪਾਣੀ ਕਿੰਨਾ ਹੋ ਗਿਆ, ਬਾਕੀ ਡੈਮਾਂ 'ਚ ਕਿੰਨਾ ਹੋ ਗਿਆ, ਅਤੇ ਜੇ ਮੁੱਖ ਮੰਤਰੀ ਉਹ ਰਿਪੋਰਟ ਦੇਖ ਕੇ ਵੀ ਸਤਰਕ ਨਹੀਂ ਹੋ ਸਕਦਾ, ਤਾਂ ਫਿਰ ਤਾਂ ਅੱਖਾਂ ਜਾਣ ਬੁੱਝ ਕੇ ਅੱਖਾਂ ਮੀਚਣ ਵਾਲੀ ਗੱਲ ਹੈ। ਅਤੇ ਜਦੋਂ ਪਤਾ ਸੀ ਵੀ ਇੰਨਾ ਡੈਮ ਚੜ੍ਹ ਰਹੇ ਆ, ਇਹ ਕਿਸੇ ਵਕਤ ਵੀ ਫੱਟੇ ਖੋਲ੍ਹਣੇ ਪੈ ਸਕਦੇ ਆ, ਅਤੇ ਮੇਰਾ ਖਿਆਲ ਹੈ ਚਲੋ ਜੇ ਅੱਜ ਵੀ ਮੁੱਖ ਮੰਤਰੀ ਸਾਹਿਬ ਨਿਕਲੇ ਆ ਚੰਗੀ ਗੱਲ ਹੈ, ਬਜਾਏ ਕਿ ਸਿਰਫ ਫੋਟੋ ਖਿਚਾਉਣ ਦੇ ਕੋਈ ਨਾ ਕੋਈ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਅਤੇ ਲੋਕਾਂ ਦੀ ਮਦਦ ਹੋਵੇ। ਜੋ ਗੱਲ ਇੱਦਾਂ ਹੈਗੀ ਹੈ ਕਿ ਹਰ ਪਾਸੇ ਸਾਡੇ ਡਾਕਟਰ ਪੂਰੇ ਸੁਚੇਤ ਨੇ, ਸਾਡੇ CM ਸਾਹਿਬ ਦੀ ਪੂਰੇ ਦਿਸ਼ਾ ਨਿਰਦੇਸ਼ ਨੇ, ਪੂਰਾ ਪੰਜਾਬ ਦੀ ਸਾਰੀ ਮਸ਼ੀਨਰੀ ਐਕਟਿਵ ਹੈਗੀ ਆ। ਅੱਜ CM ਸਾਹਿਬ ਖੁਦ ਵੀ ਵਿਜ਼ਿਟ ਕਰਨ ਵਾਸਤੇ ਗਏ ਨੇ, ਔਰ ਜਿੱਥੇ ਤਾਂ ਕੋਈ ਕਮੀ ਉਹਦਾ ਪੂਰੀ ਕਰਾਂਗੇ, ਪਲੱਸ ਸਾਡੇ ਮੰਤਰੀ ਸਾਹਿਬਾਨ ਆਪੋ ਆਪਣੇ ਹਲਕਿਆਂ 'ਚ ਆਪਣੇ ਆਪਣੇ ਜ਼ਿਲ੍ਹਿਆਂ 'ਚ ਸਾਰੇ ਕੰਮ ਕਰ ਰਹੇ, ਔਰ ਸਾਰੇ ਜਿਹੜੇ ਸਰਕਾਰੀ ਮਸ਼ੀਨਰੀ ਵੀ ਪੂਰੀ ਐਕਟਿਵ ਹੈ। ਸੁਣਿਆ ਹਾਲੇ ਉਹਦੇ ਮਰਦ ਸਮਾਰੀ ਹੋ ਰਿਹਾ, ਸਰਵੇ ਹੋਏਗਾ, ਥੋੜ੍ਹਾ ਪਲੜ ਘਟਣ ਦਿਓ ਹਲ ਤਾਂ ਇਹ ਗੱਲ ਤੋਂ। ਅਸੀਂ ਜਿਹੜੇ ਲੋਕ ਫਸੇ ਹੋਏ ਨੇ ਅਤੇ ਜਿਹਨਾਂ ਲੋਕਾਂ ਦੇ ਘਰਾਂ 'ਚ ਪਾਣੀ ਹੈਗਾ ਉਹਨਾਂ ਨੂੰ ਬਾਹਰ ਕੱਢਣਾ ਹੈਗਾ, ਪਲੱਸ ਉਹਨਾਂ ਅੱਜ CM ਸਾਹਿਬ ਬੜੇ ਚਿੰਤਤ ਸੀਗੇ ਵੀ ਪਸ਼ੂਆਂ ਨੂੰ ਚਾਰਾ ਵੀ ਚਾਹੀਦਾ, ਬੰਦਾ ਨੂੰ ਖਾਣਾ ਵੀ ਚਾਹੀਦਾ, ਅਤੇ ਉਹਨਾਂ ਘਰ ਵੀ ਚਾਹੀਦੇ ਨੇ, ਛੱਤ ਵੀ ਚਾਹੀਦੀ ਹੈ, ਉਹਦੇ ਵਾਸਤੇ ਲੱਗੇ ਹੋਏ ਆ। ਉਸ ਤੋਂ ਬਾਅਦ ਜਦੋਂ ਸਾਰਾ ਮੈਂ ਸਰਵੇ ਕਰਨ ਬਾਅਦ ਦੱਸਾਂਗਾ। ਦੇਖੋ ਇਹ ਗੱਲ ਤੁਹਾਡੀ ਗੱਲ ਹੈ, ਮੈਂ ਸਹਿਮਤ ਵੀ ਹੈਗਾ ਸਹਿਮਤ ਵੀ ਨਹੀਂ ਹੈਗਾ। ਇੱਕ ਪਾਸੇ ਪਾਣੀ ਦੀ ਸ਼ੋਰਟੇਜ ਹੈ, ਜਦੋਂ ਪਾਣੀ ਬਰਸਾਤ ਨਹੀਂ ਹੁੰਦੀ ਉਦੋਂ ਸਾਨੂੰ ਚੈਨਲਾਈਜ਼ ਕਰਕੇ ਲੋਕਾਂ ਨੂੰ ਪਾਣੀ ਦੇਣਾ ਪੈਂਦਾ, ਪਰ ਦੂਜੇ ਪਾਸੇ ਜਿਹੜਾ ਅੱਜ ਜਿਹੜੇ
और जिन्ना हिमाचल तो पहाड़ तो पानी आता वो सारी मार साढ़े इस पास पैंती हैगी है। अज असी देखो ना जिमें काबल के जमे रोज मुहिमा साढ़े वाले उधर पाकिस्तान है इधरले पास हिमाचल जो पड़े असी उधर थले मार पैंती है तो जोड़े इधरले पैसे सानू मखौल करते हैं ठीक है ना। इस करके गल बिल्कुल ठीक है कि असी 40-45% पानी बकना चाहिए पर पानी जरूरत ही नहीं बढ़ जाती है वो तो शॉर्टेज देखने लग जाती है। जब भी कदे पंजाब ते किसी मुसीबत की गल आउंदी है तो देश तो की विदेशों में बैठे पंजाबी भी मदद लई अगे आ जाते हैं। इंसानियत नाते सोचिए तो पंजाबी एक दूजे की मदद तो करते ही ने पर जेकर दुनिया में कदे भी वड्डी पद्धर ते किसी नू मदद की जरूरत होवे ता पंजाबी कदे भी पिछे नहीं हटते पर जेकर सरकारां दी गल करिए ता इन्हां पासों हाले भी निराशा ही पल्ले पैंदी है। फिलहाल पंजाब विच मुसीबत दे बदल छाए होए ने ते देखना होएगा कि समां रहिंदिआं पंजाब सरकार इन्हां हालातां नाल निपटण लई कोई सार्थिक हल करदी है जां नहीं। ता इह सी साडा अज दा मसला अज दा भखदा होया मुद्दा। इसे तरह के होर बहुत सारे मुद्दे ते मसले लैके तुहाडे सामने हमेशा इस ही प्रोग्राम विच इस ही समय पेश होंदे रहांगे। फिलहाल मैनू दिओ इजाज़त, तुसी देखदे रहो विजन पंजाब टीवी, हर कदम तुहाडे नाल।